ਅਕਾਲੀ ਆਗੂ ਬਿਕਮ ਸਿੰਘ ਜਿਠਿਆ ਬਾਰੇ ਵੱਡੀ ਖਬਰ ਸਾਹਮਣੇ ਜਿੱਥੇ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਸਿ ਪਟਿਆਲਾ ਦੇ ਜ਼ਿਲ੍ਹੇ ਵਿੱਚ ਬੰਦ ਹੋਣ ਤੋਂ ਬਾਅਦ ਜਿੱਥੇ ਬਿਕਮ ਸਿੰਘ ਮਜੀਠੀਆ ਵੱਲੋਂ ਜਮਾਨਤ ਅਰਜੀ ਦਾਇਰ ਕੀਤੀ ਗਈ ਸੀ ਉੱਥੇ ਹੀ ਉਹਨਾਂ ਦੇ ਮਾਮਲੇ ਦੀ ਸੁਣਵਾਈ ਨੂੰ ਅੱਗੇ ਪਾ ਦਿੱਤਾ ਹੈ। ਅੱਜ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਵੱਲੋਂ ਪੇਸ਼ ਹੋਇਆ ਗਿਆ ਹੈ ਉੱਥੇ ਉਹਨਾਂ ਦੇ ਕੇਸ ਵਿੱਚ ਉਹਨਾਂ ਉੱਪਰ ਲਗਾਈਆਂ ਹੋਈਆਂ ਧਰਾਵਾਂ ਦੇ ਚੱਲਦੇ ਹੋਏ ਹੇਠਲੇ ਦਾਲ ਤਵੱਲੋ ਜ਼ਮਾਨਤ ਨਹੀਂ ਦਿੱਤੀ ਗਈ। ਉੱਥੇ ਹੀ ਹੁਣ ਮਹਾਲੇਦਾਲ ਤਵੱਲੋ ਵੀ ਬਿਕਮ ਜਿਠਿਆ ਦੀ ਨਿਆਂਇਕ ਹਿਰਾਸਤ ਨੂੰ ਵਧਾ ਦਿੱਤਾ ਗਿਆ ਹੈ ਜਿੱਥੇ ਹੁਣ ਇਹ ਨਿਆਂਇਕ ਹਿਰਾਸਤ 4 ਮਈ ਤੱਕ ਵਧਾ ਦਿੱਤੀ ਗਈ ਹੈ ਜਿੱਥੇ ਹੁਣ ਉਹਨਾਂ ਦੀ ਨਿਆਂਇਕ ਹਿਰਾਸਤ ਵਿੱਚ ਵਾਅਦਾ ਕੀਤਾ ਗਿਆ ਉੱਥੇ ਬਿਕਮ ਜਿਠਣ ਅਦਾਲਤ ਤੋਂ ਰਾਹਤਨਾਮ ਮਿਲਣ ਕਾਰਨ ਉਹਨਾਂ ਨੂੰ ਕੁਝ ਹੋਰ ਸਮਾਂ ਜੇਲ੍ਹ ਅੰਦਰ ਹੀ ਗੁਜ਼ਾਰਨਾ ਪਵੇਗਾ। ਖਬਰਾਂ ਅੰਦਰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।